ਹੋ ਗਿਆ। ਸੁਰਜੀਤ ਪਾਤਰ, ਸੁਰਜੀਤ ਪਾਤਰ ਖਤਮ ਨਹੀਂ ਹੋਏ, ਇੱਕ ਯੁੱਗ ਖਤਮ ਹੋ ਗਿਆ। ਔਰ ਸਾਹਿਤ ਦੀ ਦੁਨੀਆ ਦੇ ਵਿੱਚ ਇਸ ਵੇਲੇ ਜੋ ਦਰਦ ਦੁੱਖ ਮਹਿਸੂਸ ਕੀਤਾ ਜਾ ਰਿਹਾ, ਮੈਂ ਸਮਝਦਾ ਇਸ ਤੋਂ ਪਹਿਲਾਂ ਕਦੇ ਐਸਾ ਹੋਇਆ ਨਹੀਂ ਹੈ। ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਵੀ ਉਹ ਕੱਲ੍ਹ ਬਰਨਾਲੇ ਇੱਕ ਪ੍ਰੋਗਰਾਮ ਕਰਕੇ ਆਏ ਨੇ, ਕੱਲ੍ਹ ਸ਼ਾਮੀ ਅਸੀਂ ਇਕੱਠੇ ਬੈਠੇ ਸੀਗੇ, ਹੈਂਜੀ। ਇਹ ਸਭ ਕੁਝ ਦੇ ਬਾਵਜੂਦ ਸਵੇਰੇ 7 ਵਜੇ ਸੁਨੇਹਾ ਇਹ ਮਿਲਦਾ ਵੀ ਇਹ ਦੁਨੀਆਂ 'ਚ ਨਹੀਂ ਰਹੇ। ਇਦੋਂ ਬੜਾ ਦੁਖਾਂਤ ਹੋਰ ਕੀ ਹੋ ਸਕਦਾ। ਬਹੁਤ ਬੜਾ ਦੁੱਖ ਹੋਇਆ ਕਿਉਂਕਿ ਸੁਰਜੀਤ ਪਾਤਰ ਉਹ ਇਕੱਲੇ, ਮਤਲਬ ਇਕੱਲੇ ਲੇਖਕ ਨਹੀਂ ਸੀਗੇ, ਉਹ ਇੱਕ ਬਹੁਤ ਵੱਡੀ ਸ਼ਖਸੀਅਤ ਸੀਗੇ। ਦੁਨੀਆ ਦਾ ਕਿਹੜਾ ਕੋਨਾ ਹੈ ਜਿੱਥੇ ਪੰਜਾਬੀ ਵੱਸਦੇ ਹੋਣ ਔਰ ਉਹਨਾਂ ਨੂੰ ਨਾ ਜਾਣਦੇ ਹੋਣ? ਪਦਮਸ਼ੀ ਦਾ ਖਿਤਾਬ ਮਿਲਿਆ ਹੋਇਆ ਸੀਗਾ। ਇਸ ਤੋਂ ਇਲਾਵਾ ਗਜ਼ਲ ਗੋ ਸੀਗੇ, ਗੀਤਕਾਰ ਸੀਗੇ, ਸ਼ਾਇਰ ਸੀਗੇ, ਨਜ਼ਮਾਂ ਲਿਖਦੇ ਸੀਗੇ। ਮੇਰਾ ਕਹਿਣ ਦਾ ਮਤਲਬ ਹੈ ਗੁਣਾਂ ਦੀ ਗੁਠਲੀ ਸੀਗੇ, ਸਭ ਕੁਝ ਸੀਗੇ। ਇਸ ਤੋਂ ਇਲਾਵਾ ਗੱਲਬਾਤ ਕਰਨ ਦੇ ਵਿੱਚ ਉਹ ਇੰਨਾ ਮਿੱਠਾ ਬੋਲਦੇ ਸੀ, ਇੰਨਾ ਮਿਲਾਪੜਾ ਗੱਲ ਕਰਦੇ ਸੀ, ਇੰਨਾ ਉਹਨਾਂ ਦਾ ਸਮਾਈਲਿੰਗ ਫੇਸ ਸੀਗਾ ਬਈ ਉਹ ਭੁਲਾਇਆ ਨਹੀਂ ਜਾ ਸਕਦਾ। ਕੱਲ੍ਹ ਕਿਹੜੀਆਂ ਗੱਲਾਂ ਯਾਦਾਂ ਜਿਹੜੀਆਂ ਹੁਣ ਪਤਾ ਲੱਗੀਆਂ ਵੀ ਜਦੋਂ ਜਾਂਦੇ ਨੇ? ਕੱਲ੍ਹ ਤਾਂ ਤੁਸੀਂ ਇਕੱਠੇ ਬੈਠੇ ਸੀ, ਵਧੀਆ ਸਾਰਾ ਮਾਹੌਲ ਸੀ, ਤਾਂ ਜਦੋਂ ਪਤਾ ਲੱਗਿਆ ਵੀ ਅਚਾਨਕ ਨਹੀਂ ਰਹੇ ਤਾਂ ਫਿਰ ਉਹ ਕਿਵੇਂ? ਦੇਖੋ ਜਿਹੜੀਆਂ ਕੱਲ੍ਹ ਗੱਲਾਂ ਹੋਈਆਂ ਨੇ ਉਹ ਤਕਰੀਬਨ ਉਚਾਰਨ ਬਾਰੇ, ਸ਼ਬਦਾਂ ਬਾਰੇ, ਭਾਸ਼ਾ ਬਾਰੇ ਹੋਈਆਂ ਨੇ, ਕਿਉਂਕਿ ਉਹ ਬਹੁਤ ਬੜੇ ਸਾਹਿਤਕਾਰ ਸੀਗੇ। ਜਿੰਨੀ ਸ਼ੁੱਧਤਾ ਉਹਨਾਂ ਦੇ ਲਫਜ਼ਾਂ 'ਚ ਸੀਗੀ ਉਨੀ ਸਾਡਿਆਂ 'ਚ ਨਹੀਂ ਹੋ ਸਕਦੀ। ਮੇਰੇ ਇੱਕ ਦੋਸਤ ਨੇ, ਇਹਨਾਂ ਦੇ ਵੀ ਦੋਸਤ ਨੇ, ਉਹ ਕੈਨੇਡਾ ਤੋਂ ਆਏ ਹੋਏ ਸੀ, ਹਰਜਿੰਦਰ ਥਿੰਦ, ਉਹਨਾਂ ਦਾ ਉੱਥੇ ਚੈਨਲ ਹੈ ਵੈਨਕੂਵਰ, ਬਹੁਤ ਅੱਛੇ ਐਂਕਰ ਨੇ ਉਹ। ਉਹਨਾਂ ਨੇ ਸਵਾਲ ਕਰ ਦਿੱਤਾ ਪਾਤਰ ਸਾਹਿਬ ਨੂੰ ਅਤੇ ਪਾਤਰ ਸਾਹਿਬ, ਅੱਜ ਕੱਲ੍ਹ ਸਟੇਜ 'ਤੇ ਬੋਲਣ ਵਾਲੇ ਕੁਝ ਲੋਕ ਲਫਜ਼ ਸ਼ੁੱਧ ਨਹੀਂ ਬੋਲਦੇ, ਹੈ ਜੀ। ਜਜ਼ਬਾਤ ਨੂੰ ਜਜ਼ਬਾਤ ਕਹਿੰਦੇ ਨੇ, ਜ਼ਰੂਰ ਨੂੰ ਜ਼ਰੂਰ ਕਹਿੰਦੇ ਨੇ, ਹੈ ਜੀ, ਜ਼ੋਰ ਨੂੰ ਜ਼ੋਰ ਕਹਿੰਦੇ ਨੇ। ਅਤੇ ਇਹਦਾ ਕੀ ਹੋਣਾ ਚਾਹੀਦਾ, ਇਹ ਕਿਵੇਂ ਸ਼ੁੱਧਤਾ ਕਿਵੇਂ ਹੋ ਸਕਦੀ ਹੈ? ਉਹਨਾਂ ਨੇ ਫਿਰ ਸਾਨੂੰ 10 ਮਿੰਟ ਲਾ ਕੇ ਇਹ ਗੱਲ ਸਮਝਾਈ ਵੀ ਦੇਖੋ ਜਿਹੜਾ ਲਫਜ਼ ਜਿੱਥੇ ਵਰਤ ਕੇ ਉਹ ਆਪਣਾ ਪ੍ਰਭਾਵ ਛੱਡਦਾ, ਹੈਂਜੀ, ਉਹਨੂੰ ਉਸੇ ਤਰ੍ਹਾਂ ਵਰਤ ਲਵੋ, ਫਿਰ ਕੋਈ ਗੁਨਾਹ ਨਹੀਂ ਹੈ। ਪਰ ਜੇ ਤੁਸੀਂ ਮਤਲਬ ਬਗੈਰ ਸੋਚੇ ਸਮਝੇ ਤੋਂ ਗਲਤ ਬੋਲਦੇ ਹੋ ਫਿਰ ਉਹ ਵਾਕਈ ਗਲਤ ਹੈ, ਹੈਂਜੀ। ਉਹਨਾਂ ਨੇ ਬੜਾ ਕਹਿੰਦੇ ਇੱਕ ਜ਼ੋਰ ਲਫਜ਼ ਹੈ, ਜ਼ੋਰ, ਜ਼ੋਰ ਦਾ ਮਤਲਬ ਹੁੰਦਾ ਤਾਕਤ, ਜ਼ੋਰ ਦਾ ਮਤਲਬ ਹੁੰਦਾ ਤਾਕਤ, ਉਹ ਕਹਿੰਦੇ ਤਾਕਤ ਹੈ। ਪਰ ਜਦੋਂ ਅਸੀਂ ਪੰਜਾਬੀ ਦੇ ਵਿੱਚ ਕਿਸੇ ਵਾਰ ਦੇ ਵਿੱਚ ਜ਼ੋਰ ਕਹਿੰਦੇ ਹਾਂ, ਹਾਂਜੀ, ਉਹ ਉਦੋਂ ਬਹੁਤ ਖੂਬਸੂਰਤ ਲੱਗਦਾ। ਸਦੀਕ ਸਾਹਿਬ, ਸੋਚਿਆ ਸੀਗਾ ਕਿ ਜਿਹੜੇ ਕੱਲ੍ਹ ਬੈਠੇ ਹੋ ਪਾਤਰ ਸਾਹਿਬ ਨਾਲ, ਕੀ ਆਖਰੀ ਮੁਲਾਕਾਤ ਸੀ? ਕਦੀ ਜ਼ਹਿਨ 'ਚ ਆਈ ਸੀ ਗੱਲ ਕਿ ਇੱਕ ਆਖਰੀ? ਨਹੀਂ, ਦੇਖੋ ਇਨਸਾਨ ਦੇ ਵਿੱਚ ਕੀ ਹੈ, ਆਦਮੀ ਹੈ ਇੱਕਦਮੀ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਪੁੱਛ ਲਿਆ, ਮਰਦਾਨੇ ਆ ਜ਼ਿੰਦਗੀ ਔਰ ਮੌਤ 'ਚ ਕਿੰਨਾ ਕੁ ਫਰਕ ਹੈ? ਕਹਿੰਦਾ ਗੁਰੂ ਜੀ ਰਾਤ ਨੂੰ ਸੁੱਤੇ ਸਵੇਰੇ ਨਾ ਜਾਗੇ, ਨਾ ਹੀ ਜਾਗੇ। ਕਹਿੰਦੇ ਮਰਦਾਨੇ ਆ ਤੂੰ ਤਾਂ ਬਹੁਤ ਦੂਰ ਚਲੇ ਗਿਆ, ਤੂੰ ਇਹ ਗੱਲ ਕਰ ਵੀ ਸਾਹ ਆਇਆ ਕਿ ਨਾ ਆਇਆ? ਰਾਤ ਔਰ ਦਿਨ ਤਾਂ ਬਹੁਤ ਦੂਰ ਹੁੰਦੇ ਨੇ, ਇਸ ਕਰਕੇ ਇਹ ਪਰਮਾਤਮਾ ਦੇ ਹੱਥ ਜਿਹੜੀ ਚੀਜ਼ ਹੈ ਨਾ, ਇਸ ਨੂੰ ਉਹੀ ਜਾਣ ਸਕਦਾ ਮੈਂ ਔਰ ਤੁਸੀਂ ਔਰ ਕੋਈ ਹੋਰ, ਉਹਨੂੰ ਇਹਨੂੰ ਜਾਣ ਨਹੀਂ ਕੋਈ ਸਕਦਾ। ਇਸ ਕਰਕੇ ਜਿਹੜੀਆਂ ਰਾਤ ਗੱਲਾਂ ਹੋਈਆਂ ਨੇ, ਜੇ ਉੱਥੇ ਇਹ ਕੋਈ ਗੱਲ ਹੋ ਜਾਂਦੀ ਨਾ ਵੀ ਮੇਰਾ ਤਾਂ ਸਿਰ ਦੁਖਦਾ ਯਾਰ, ਹਾਂਜੀ, ਮੇਰੇ ਤਕਲੀਫ ਹੈ ਯਾਰ, ਮੈਂ ਜਾਣਾ, ਤਾਂ ਵੀ ਅਸੀਂ ਗੱਲ ਮੰਨ ਲੈਂਦੇ। ਐਡੀ ਖੂਬਸੂਰਤੀ ਨਾਲ ਗੱਲਾਂ ਹੋਈਆਂ ਨੇ, ਐਡੀ ਪਿਆਰੀ ਮਹਿਫਿਲ ਸੀਗੀ, ਉੱਥੇ ਸਿਰਫ ਗੱਲਾਂ ਸ਼ਬਦਾਂ ਦੀਆਂ, ਸਾਹਿਤ ਦੀਆਂ। ਉਹਨਾਂ ਨੇ ਗਜ਼ਲ ਸੁਣਾਈ, ਗਾ ਕੇ ਸੁਣਾਈ, ਬਹੁਤ ਪਿਆਰੀ ਗਜ਼ਲ ਸੁਣਾਈ, ਹਾਂਜੀ। ਇੱਕ ਮੁੰਡਾ ਪੀਟਰ ਬੈਠਾ ਸੀਗਾ, ਜਿਸ ਵਾਰ ਸੁਨੀਲਾ ਜੀ ਬੈਠੇ ਸੀਗੇ, ਉਹ ਹਰਜਨ ਸਿੰਧ ਬੈਠੇ ਸੀ ਕੈਨੇਡਾ ਵਾਲੇ,
ਮੇਰੇ ਕਹਿਣ ਦਾ ਮਤਲਬ ਪੰਜ ਛੇ ਬੰਦੇ ਬੈਠੇ ਸੀਗੇ, ਬੜੀਆਂ ਖੂਬਸੂਰਤ ਗੱਲਾਂ ਹੋਈਆਂ। ਇੱਕ ਦਿਮਾਗ 'ਚ ਹੀ ਨਹੀਂ ਆ ਸਕਦੀ ਗੱਲ ਬਈ ਐਸਾ ਕੁਛ ਹੋ ਸਕਦਾ। ਪਰ ਇਹ ਤਾਂ ਮੈਨੂੰ ਸਵੇਰੇ ਜਦੋਂ 18 ਨਿਊਜ਼ 18 ਤੋਂ ਫੋਨ ਆਇਆ 7 ਵਜੇ ਜੀ ਕਟਾਲੀਏ ਦਾ, ਸਦੀਕ ਜੀ ਪਾਤਰ ਸਾਹਿਬ ਨਹੀਂ ਰਹੇ, ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ। ਮੈਂ ਕਿਹਾ ਕੌਣ ਕਹਿੰਦਾ? ਮੈਂ ਕਟਾਲੀਆ ਬੋਲਦਾ, ਬਈ ਨਿਊਜ਼ ਵਾਲੇ ਬੋਲਦੇ ਨੇ, ਮੇਰੇ ਪਹਿਲਾਂ ਸਾਨੂੰ ਮਿੱਟੀ ਨਿਕਲ ਗਈ। ਆਹ ਕੀ ਹੋ ਗਿਆ? ਅਸੀਂ ਤਾਂ ਰਾਤ ਨੂੰ ਇਕੱਠੇ ਆਏ, 11 ਵਜੇ 11:30 ਅਸੀਂ ਇਕੱਠੇ ਬੈਠੇ ਸੀਗੇ ਹਾਂਜੀ। ਤਾਂ ਇਸ ਕਰਕੇ ਮੈਂ ਸਮਝਦਾ ਬਈ ਪਰਮਾਤਮਾ ਦੀ ਲੀਲਾ ਨੂੰ ਉਹੀ ਜਾਣਦਾ, ਹੋਰ ਤਾਂ ਕਿਸੇ ਦੇ ਬਸ ਦਾ ਨਾ ਰੋਗ ਹੈਗਾ ਨਾ ਇਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇ ਕੋਈ। ਰਾਤ ਮਹਿਫਲ ਸੀਗੀ, ਉਹ ਬਹੁਤ ਅੱਛੀ ਸੀਗੀ, ਬਹੁਤ ਵਧੀਆ ਸੀਗੀ। ਪਰ ਮੇਰੀ ਮੈਂ ਸਮਝਦਾ ਵੀ ਖੁਸ਼ਕਿਸਮਤੀ ਇਹ ਹੈ ਵੀ ਬੜੀ ਦੇਰ ਤੋਂ ਬਾਅਦ ਉਹ ਮੈਨੂੰ ਮਿਲੇ ਸੀਗੇ, ਬਹੁਤ ਸਾਰੀਆਂ ਪਿਆਰੀਆਂ ਗੱਲਾਂ ਹੋਈਆਂ, ਫਿਰ ਸਾਡੀਆਂ ਕੁਝ ਫੋਟੋਆਂ ਹੋ ਗਈਆਂ ਹਾਂਜੀ। ਉਹ ਫੋਟੋ ਬਲਕਿ ਮੈਨੂੰ ਮੇਰੀ ਖੁਸ਼ਕਿਸਮਤੀ ਇਹ ਰਹੀ ਹੈ ਬਈ ਉਹਨਾਂ ਨੇ ਜਦੋਂ ਸਾਰਿਆਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਗਰੁੱਪ ਫੋਟੋਜ਼, ਕੈਮਰਾਮੈਨ ਨੂੰ ਬੁਲਾ ਕੇ ਕਹਿੰਦੇ ਕਹਿੰਦੇ ਯਾਰ ਮੇਰੀ ਲਈ ਸਦੀਕ ਦੀ ਇੱਕ ਫੋਟੋ ਖਿੱਚਦੇ, ਫਿਰ ਉਹਨਾਂ ਨੇ ਨਾ ਆਹ ਫੋਟੋ ਦਿਖਾ ਦਿਓ। ਇਹ ਆਖਰੀ ਫੋਟੋ ਹੈ ਜੀ ਤੁਹਾਡੀ ਨਾਲ? ਇਸ ਤੋਂ ਪਹਿਲਾਂ ਸਾਡੀ ਕਦੇ ਫੋਟੋ ਵੀ ਨਹੀਂ ਹੈ, ਹਾਲਾਂਕਿ ਮੈਂ ਉਹਨਾਂ ਨਾਲ ਬਹੁਤ ਦੇਰ ਦਾ ਜੁੜਿਆ ਹੋਇਆ। ਫੋਟੋ ਨਹੀਂ ਕਦੀ ਕਰਾਈ ਉਹਨਾਂ ਲਈ? ਕਦੇ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਜਨਮਦਾਤਾ ਕਹਿ ਲਓ ਜਾਂ ਪ੍ਰਧਾਨ ਕਹਿ ਲਓ ਜਸਵਾਲ ਸਾਹਿਬ ਸੀਗੇ, ਇਹ ਵਾਈਸ ਪ੍ਰੈਜੀਡੈਂਟ ਸੀਗੇ ਅਤੇ ਮੈਂ ਫਾਊਂਡਰ ਮੈਂਬਰ ਸੀਗਾ, ਇਸ ਕਰਕੇ ਮੇਲ ਜੋਲ ਤਾਂ ਹੁੰਦਾ ਰਹਿੰਦਾ ਸੀਗਾ ਹਾਂਜੀ। ਉਦੋਂ ਫਿਰ ਐਸੀ ਗੱਲ ਹੋਈ ਬਈ ਇੱਕ ਦੂਜੇ ਨਾਲ ਮਿਲਦੇ ਸੀਗੇ ਲੇਕਿਨ ਕੰਮ ਦੇ ਵੇਲੇ, ਫਿਰ ਮੇਰਾ ਫੀਲਡ ਹੋਰ ਹੈ ਇਹਨਾਂ ਦਾ ਹੋਰ ਸੀਗਾ, ਮਿਲਦੇ ਜੁਲਦੇ ਸੁਣ ਸੀ, ਇੱਕ ਦੂਜੇ ਦਾ ਅਦਬ ਕਰਦੇ ਸੀ, ਸਤਿਕਾਰ ਕਰਦੇ ਸੀਗੇ ਹੈਂ। ਪਰ ਜਿਹੜੀ ਰਾਤ ਦੀ ਮਿਲਣੀ ਸੀ ਨਾ, ਇੱਕ ਘੰਟਾ ਇਕੱਠੇ ਬੈਠਣਾ ਔਰ ਸਿਰਫ ਅਸੀਂ 5-4 ਬੰਦਿਆਂ ਨੇ ਬੈਠਣਾ, ਉਹ ਬਹੁਤ ਖੂਬਸੂਰਤ ਸੀ, ਬਹੁਤ ਅੱਛੀ ਸੀ। ਸ਼ੇਰ ਹੁੰਦਾ ਸੀ ਇੱਥੇ ਸ਼ਖਸ ਇੱਕ ਸੱਜਾ ਕਿੱਧਰ ਗਿਆ, ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ ਕਿੱਧਰ ਗਿਆ। ਉਹੀ ਕਹਿ ਉਹਨਾਂ ਲਈ ਕਹਿ ਸਕਦੇ ਉਹਨਾਂ ਦੇ ਸ਼ੇਰ। ਕਹਿੰਦੇ ਯਾਰ ਸੋਚਦੇ ਨਹੀਂ, ਹਜ਼ਾਰਾਂ ਲੱਖਾਂ ਕਰੋੜਾਂ ਗੱਲਾਂ ਪਰ ਕੋਈ ਗੱਲ ਨਹੀਂ ਆ ਰਹੀ। 20-25 ਸਾਲ ਤੋਂ ਜੇ ਕੋਈ ਮੇਰੀ ਕੋਈ ਵੀ ਇੰਟਰਵਿਊ ਸੁਣੀ ਹੋਣੀ ਹੈ, ਕੋਈ ਐਸੀ ਨਹੀਂ ਹੋਣੀ ਜਿਹ 'ਚ ਗੁਰੂ ਦਾ ਜ਼ਿਕਰ ਨਹੀਂ ਹੁੰਦਾ ਸੀ ਇਹਨਾਂ ਨੂੰ। ਔਰ ਇਹ ਗੱਲ ਵੀ ਹਰ ਸੁਣੀ ਹੋਣੀ ਹੈ ਕਿ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦਾ ਸੀ ਯਾਰ, ਇਹਨਾਂ ਸਮਿਆਂ 'ਚ ਅਸੀਂ ਵੀ ਮਾੜਾ ਮੋਟਾ ਕਲਮ ਕਸਾਈ ਕਰਦੇ ਜਦੋਂ ਗੁਰੂ ਜੀ ਵਿਚਰ ਰਹੇ ਆ, ਇਹੀ ਸਾਡੀ ਪ੍ਰਾਪਤੀ ਹੈ। ਫਰਾਗ ਗੋਰਖਪੁਰੀ ਸਾਹਿਬ ਦਾ ਸ਼ੇਰ ਹੈ ਨਾ, ਮੈਨੂੰ ਵਿੱਚ ਲਫਜ਼ ਅੱਗੇ ਪਿੱਛੇ ਹੋ ਜਾਂਦਾ ਕਿ ਆਉਣ ਵਾਲੀ ਨਸਲਿਨ ਤੁਮ ਪਰ ਫਖਰ ਕਰੇਂਗੇ ਹਮ ਨਸਰੋ, ਜਬ ਉਹ ਇਹ ਜਾਣਗੇ ਕਿ ਤੁਮਨੇ ਫਰਾਗ ਕੋ ਦੇਖਾ। ਸਾਡੇ 'ਤੇ ਇਸ ਕਰਕੇ ਮਾਣ ਕਰਨਗੇ ਵੀ ਇਹ ਉਹ ਲੋਕ ਹੈ ਜਿਹਨੇ ਪਾਤਰ ਸਾਹਿਬ ਨੂੰ ਦੇਖਿਆ ਸੀ ਹੁਣ ਜੀ। ਇਹੀ ਕਹਿ ਸਕਦੇ ਹੋ ਉਸ ਹਸਤੀ ਲਈ, ਸ਼ਾਇਰ ਲਈ, ਐਸੇ ਫਨਕਾਰ, ਐਸੀ ਤਬੀਅਤ ਦੇ ਮਾਲਕ। ਲਾਸਟ ਮੁਲਾਕਾਤ ਪਾਤਰ ਸਾਹਿਬ ਨਾਲ ਕਦੋਂ ਹੋਈ? ਮੁਲਾਕਾਤ ਫੋਨ 'ਤੇ ਗੱਲ ਹੋਈ ਸੀ, ਇਸ ਵਾਰ ਮੁਲਾਕਾਤ ਨਹੀਂ ਹੋ ਸਕੀ। ਉਹ ਤਾਂ ਮੈਂ ਹਰ ਵੇਲੇ ਨਾਲ ਹੀ ਰਹਿੰਦੇ ਸੀ, ਉਹ ਮੇਰੇ ਦੂਰ ਤਾਂ ਹੈ ਹੀ ਨਹੀਂ ਸੀ, ਹੁਣ ਵੀ ਹਮੇਸ਼ਾ ਨਾਲ ਹੀ ਰਹਿਣਾ ਅੰਦਰ ਹੀ ਰਹਿਣਾ। ਬਾਪ ਬੱਚਿਆਂ ਤੋਂ ਦੂਰ ਹੁੰਦਾ ਨਹੀਂ ਕਦੇ, ਹਯਾਤੀ ਵਿੱਚ ਵੀ ਬਾਅਦ ਵਿੱਚ ਵੀ ਨਾਲ ਹੀ ਚੱਲਦੇ ਹਨ। ਐਸਾ ਰੁਤਬਾ ਸੀ ਉਹਨਾਂ ਦਾ, ਐਸਾ ਬਸ ਮੁੱਕਦੀ ਗੱਲ ਕਿ ਸਾਡੀ ਇੰਨੀ ਕੁ ਅਸੀਂ ਜੋਗੇ ਨਹੀਂ ਸੀ ਜਿੰਨਾ ਸਾਨੂੰ ਉਹਨੇ ਕਦਮਾਂ 'ਚ ਬਿਠਾ ਛੱਡਿਆ ਇੰਨੇ ਸਾਲ। ਜੋ ਆਸ਼ੀਰਵਾਦ ਮਿਲੇ, ਮੁਹੱਬਤਾਂ, ਦੁਆਵਾਂ ਮਿਲੀਆਂ, ਜੋ ਵੀ ਮਾੜਾ ਮੋਟਾ ਹੁਣ ਕਰ ਰਹੇ ਹਾਂ, ਮਾਲਕ ਨੇ ਰੋਟੀ ਲਾਈ ਆ, ਉਹ ਇਹਨਾਂ ਹਸਤੀਆਂ ਦਾ ਆਸ਼ੀਰਵਾਦ ਹੈ। ਮੇਰੇ ਹਰ ਇੰਟਰਵਿਊ 'ਚ ਤੁਸੀਂ ਸੁਣੀ ਹੋਣੀ ਗੱਲ, ਚੰਗੀਆਂ ਕਿਤਾਬਾਂ, ਚੰਗੇ ਲੇਖਕ, ਉਸਤਾਦ ਲੋਕ, ਗੁਣੀ ਲੋਕ, ਜਿਨ੍ਹਾਂ ਦੇ
ਸਰਪ੍ਰਸਤ ਇਹਨਾਂ ਦੀਆਂ ਦੁਆਵਾਂ ਇਹਨਾਂ ਦੀ ਸੰਗਤ ਕੀਤੀ ਬਸ ਉਹ 'ਚ ਸਾਰਾ ਕੁਛ। ਗੁਰੂ ਦੀ ਐਸੀ ਕਿਹੜੀ ਗੱਲ ਹੈ ਜਿਹੜੀ ਸਦਾ ਜਿਹੜੀ ਆ ਭੁੱਲੀ ਨਹੀਂ ਜਾ ਸਕਦੀ? ਯਾਰ ਹਜ਼ਾਰਾਂ ਹੀ ਗੱਲਾਂ, ਇੱਕ ਤਾਂ ਕੁਛ ਅਜਿਹੇ ਯਾਦ ਨਹੀਂ ਆਉਂਦਾ ਉਹਦੇ ਦਾ, ਮਤਲਬ ਮੈਨੂੰ ਇੱਕ ਗੱਲ ਕਹੀ ਸੀ 95 ਦੀ ਗੱਲ ਹੈ, ਮਤਲਬ ਮੈਂ ਗਾਉਣਾ ਸ਼ੁਰੂ ਕੀਤਾ ਸੀ ਯੂਨੀਵਰਸਿਟੀ, ਅਸੀਂ ਮਿਲਣ ਗਏ ਗੁਰੂ ਜੀ ਇੱਥੇ ਲੁਧਿਆਣਾ, ਚਾਹ ਪੀਂਦੇ ਸੀ ਕੰਟੀਨ 'ਚ, ਉਦੋਂ ਟੇਪਾਂ ਦਾ ਜ਼ਮਾਨਾ ਸੀ ਜੀ। ਮੈਂ ਪਹਿਲਾਂ ਮਾਫ਼ੀ ਮੰਗ ਲਵਾਂ ਵਿੱਚ ਸੈਲਫ ਪ੍ਰੇਜ਼ ਲੱਗੇਗੀ, ਪਰ ਮੈਂ ਗੱਲ ਕਦੇ ਕੀਤੀ ਨਹੀਂ, ਕਦੇ ਫਿਰ ਦੋਸਤਾਂ 'ਚ ਕੀਤੀ ਹੋਣੀ ਆ। ਉਹ ਕਹਿੰਦੇ ਯਾਰ ਦੇਵੀ ਤੇਰਾ ਗਾਣਾ ਜਦੋਂ ਨਾ ਟੇਪ 'ਚ, ਹੁਣ ਗਾਣੇ ਕਹਿੰਦੇ ਸੁਣੀਦੇ ਆ, ਨਵਾਂ ਗਾਣਾ ਸੁਣੀਆਂ ਦੀ ਜਦੋਂ ਆਖਰੀ ਅੰਤਰ ਆਵੇ ਫਿਰ ਪਤਾ ਲੱਗਦਾ ਗੀਤਕਾਰ ਦਾ ਨਾਮ, ਫਿਰ ਪਤਾ ਲੱਗਦਾ ਵੀ ਅੱਛਾ ਇਹ ਗਾਣਾ ਉਹਦਾ ਲਿਖਿਆ। ਕਹਿੰਦੇ ਪਤਾ ਨਹੀਂ ਯਾਰ ਤੇਰਾ ਨਵਾਂ ਗਾਣਾ ਵੀ ਨਾ, ਮੈਂ ਪਹਿਲੀ ਲਾਈਨ ਸੁਣ ਕੇ ਦੱਸ ਦੇਣਾ ਤੇਰਾ ਲਿਖ। ਸੋ ਮੈਂ ਕਿਹਾ ਮੈਨੂੰ ਤਾਂ ਪ੍ਰੈਜ਼ੀਡੈਂਟ ਅਵਾਰਡ ਮਿਲ ਗਿਆ। ਸੋ ਉਹਨਾਂ ਨੇ ਇੱਕ ਮਤਲਬ ਸੰਸਥਾ ਹੀ ਸੀਗੇ, ਇੱਕ ਰੂਹਾਨੀਅਤ ਦਾ ਇੱਕ ਔਰਾ ਸੀ ਉਹਨਾਂ ਦਾ। ਯਕੀਨ ਹੋ ਗਿਆ ਜੀ ਕਿ ਉਹ ਇਸ ਦੁਨੀਆਂ 'ਚ ਨਹੀਂ ਰਹੇ? ਹਾਲੇ ਵੀ ਨਹੀਂ ਹੋਣਾ, ਕਦੇ ਵੀ ਨਹੀਂ। ਮਾਂ ਬਾਪ ਚਲੇ ਜਾਂਦੇ ਆ, ਤੁਸੀਂ ਮੰਨ ਲੈਂਦੇ ਕਦੇ? ਹੱਥੀਂ ਸਾਰੇ ਕਰਕੇ ਫਿਰ ਭੁਲੇਖਿਆ ਪੈਂਦਾ, ਦਰਵਾਜ਼ਾ ਖੋਲ੍ਹਦੇ ਨੂੰ, ਤਾਕੀ ਖੋਲ੍ਹਦੇ ਨੂੰ, ਆਉਂਦਿਆਂ ਨੂੰ ਜਾਂਦਿਆਂ ਨੂੰ, ਉਹੀ ਮਾਪੇ ਨਾਲੇ ਰਹਿੰਦੇ ਹਮੇਸ਼ਾ। ਪਰ ਉਹ ਚੱਲਣਾ ਤਾਂ ਪੈਂਦਾ, ਪਰ ਤੁਸੀਂ ਕਰ ਕੁਛ ਨਹੀਂ ਸਕਦੇ ਹੁਣ।